ਇਹ ਗੱਡੀ ਸਰ ਬੰਦ ਕੀਤੀ ਹੈ ਜੀ ਇਹ ਗੱਡੀ ਦਾ ਰੰਗ ਲਾਲ ਹੈ ਤੇ ਇਹ ਦਾ ਸਾਰੇ ਦਾ ਅਰੀਜਨਲ ਤੇ ਬੰਦ ਕਰਕੇ ਠਾਣੇ ਲੱਗੇ ਜੀ ਹੂੰ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਚਾਹੇ ਤੁਹਾਡਾ ਮਾਮਾ ਚਾਚਾ ਤਾਇਆ ਫੁਫੜ ਬੀਸੀ ਲਗਿਆ ਜਾਂ ਫਿਰ ਕਿਸੇ ਵੱਡੇ ਅਹੁਦੇ ਤੇ ਬੈਠਾ ਕਿਉਂਕਿ ਹੁਣ ਮੋਹਾਲੀ ਟ੍ਰੈਫਿਕ ਪੁਲਿਸ ਨੇ ਆਪਣੀ ਕੰਮਰ ਕੱਸ ਲਈ ਹੈ ਜਿਸ ਤੋਂ ਬਚਣਾ بڑا ਔਖਾ ਹੋ ਚੁੱਕਿਆ ਮੋਹਾਲੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਓਮ ਵੀਰ ਵੱਲੋਂ ਖੜੜ ਵੱਲੋਂ ਦੇਰ ਰਾਤ ਜੋ ਗੱਡੀਆਂ ਆਉਂਦੀਆਂ ਨੇ ਟੋਲ ਪਲਾਜ਼ੇ ਦੇ ਕੋਲੇ ਉਹਨਾਂ ਨੇ ਗੱਡੀਆਂ ਨੂੰ ਰੋਕਣ ਲਈ ਨੱਕ ਲਗਾਇਆ ਗਿਆ ਸੀ ਜਿੱਥੇ ਯੂਪੀ ਸ਼ੱਕੀ ਨੰਬਰ ਥਾਰ ਗੱਡੀ ਆਉਂਦੀ ਦਿਖਾਈ ਦਿੱਤੀ ਜਦੋਂ ਉਸ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲਈ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਸਾਰਿਆਂ ਦੇ ਹੋਸ਼ ਫਾਗਦਾ ਹੋ ਗਏ ਕਿਉਂਕਿ ਇਹ ਕਾਲੇ ਰੰਗ ਦੀਆਂ ਗੱਡੀਆਂ ਦੇਖਣ ਵਾਲੀਆਂ ਅੰਦਰੋਂ ਲਾਲ ਨੇ ਬਾਹਰੋਂ ਬੇਸ਼ੱਕ ਤੁਹਾਨੂੰ ਇਹ ਕਾਲੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਗੱਡੀਆਂ ਨੂੰ ਥਾਣੇ ਲਿਜਾਇਆ ਗਿਆ ਜਦੋਂ ਗੱਡੀ ਚਾਲਕਾਂ ਤੋਂ ਪੁੱਛਿਆ ਗਿਆ ਕਿ ਇਹ ਲਾਲ ਰੰਗ ਤੋਂ ਕਾਲਾ ਰੰਗ ਕਿਉਂ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਫੁਕਰਾ ਪੰਤੀ ਵਿੱਚ ਕਾਲਾ ਘੋੜਾ ਸਾਡੀ ਥਾਰ ਨੂੰ ਕਹਿ ਕੇ ਬੁਲਾਉਣ ਦੇ ਵਿੱਚ ਜੋ ਸ਼ੌਂਕ ਨਾਲ ਮਜ਼ਾ ਆਉਂਦਾ ਇਸ ਲਈ ਇਹਨਾਂ ਗੱਡੀਆਂ ਨੂੰ ਲਾਲ ਰੰਗ ਤੋਂ ਕਾਲਾ ਕਰਵਾ ਦਿੱਤਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਚਾਲਕਾਂ ਨੇ ਪੁਲਿਸ ਨੂੰ ਦੱਸੀ ਹੈ ਤੇ ਪੁਲਿਸ ਨੇ মিডিਆ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਇਹ ਯੂਪੀ ਨੰਬਰ ਦੀਆਂ ਜੋ ਗੱਡੀਆਂ ਨੇ ਇਹ ਪੰਜਾਬ ਦੇ ਵਿੱਚ ਐਂਟਰ ਕਰ ਰਹੀਆਂ ਸਨ ਜਿਸ ਦੌਰਾਨ ਇਹਨਾਂ ਨੂੰ ਮੁਹਾਲੀ ਪੁਲਿਸ ਦੇ ਵੱਲੋਂ ਰੋਕਿਆ ਗਿਆ ਤੇ ਫਿਰ ਇਹਨਾਂ ਗੱਡੀਆਂ ਨੂੰ ਥਾਣੇ ਲਿਜਾਇਆ ਗਿਆ